You are watching Channel Y. Channel Y, a South Asian Canadian channel. अमृतसर के मॉल रोड स्थित सरकारी स्कूल विच अज बच्चों का आना जाना शुरू हो गया। उस तो पहला ही स्कूल वालों की गई तैयारियां ते नाल ही मापियां नू भी हिदायतां दित्तियां गईयां ने। स्कूल प्रशासन वालों गेट ते ही सैनिटाइजर रखे गए ने ते अंदर आउण ते बच्चों का तापमान भी चैक किया जा रहा है, जिस तों बाद मापिया द्वारा दिता गया अनुमति पत्र भी देखा जाएगा, जो कि बहुत जरूरी होगा। जेकर किसी बच्चे उसके मापिया वालों आग्या नहीं दी गई तो बच्चों अंदर आने की भी इजाजत नहीं मिलेगी। तकरीबन 7 महीनों बाद स्कूल आने की खबर सुन के ही बच्चों में खुशी की लहर दौड़ गई है। बच्चों का कहना है कि स्कूल आके अध्यापकों को पढ़ना तो ऑनलाइन पढ़ाई में बहुत फर्क होंगे, तो वह स्कूल आके बहुत खुश ने। बहुत एक्साइटमेंट जी हुई सी, बहुत टाइम बाद साडा स्कूल खुल्या, ਅਸੀਂ ਬਹੁਤ ਖੁਸ਼ੀ ਨਾਲ ਅੱਜ ਸਕੂਲ ਆਏ ਹਾਂ। ਤੇ ਕਾਫੀ ਚੇਂਜਸ ਵੀ ਤੁਹਾਨੂੰ ਵਿੱਚ ਦੇਖਣ ਨੂੰ ਮਿਲੇ ਨੇ, ਕਿਹੋ ਜਿਹਾ ਲੱਗ ਰਿਹਾ ਇਹ ਚੇਂਜਸ ਦੇਖ ਕੇ? ਹਾਂਜੀ ਸਰ, ਥੋੜ੍ਹਾ ਅਜੀਬ ਤਾਂ ਲੱਗ ਰਿਹਾ ਹੈ, ਬਟ ਸਾਡੀ ਸੇਫਟੀ ਵਾਸਤੇ ਹੀ ਹੈ ਸਭ ਕੁਝ। ਤਾਂ ਪੇਰੈਂਟਸ ਵੱਲੋਂ ਪੇਰੈਂਟਸ ਨੂੰ ਡਰ ਲੱਗ ਰਿਹਾ ਸੀਗਾ ਸਕੂਲ ਭੇਜੋ ਆਪਣੇ ਬੱਚੇ? ਹਾਂਜੀ ਸਰ, ਥੋੜ੍ਹਾ ਬਹੁਤ ਹੈਲਪ ਪੇਰੈਂਟਸ ਨੂੰ ਹੁੰਦਾ ਹੈ ਆਪਣੇ ਬੱਚੇ ਲਈ, ਬਟ ਉਹ ਸਾਡੀ ਸਟੱਡੀ ਨੂੰ ਪਹਿਲਾਂ ਰੱਖਦੇ ਹੋਏ ਸਾਨੂੰ ਸਕੂਲ ਭੇਜਿਆ ਹੈ। ਕਾਫੀ ਵਧੀਆ ਫੀਲ ਹੋ ਰਿਹਾ ਹੈ ਮੈਨੂੰ, ਜਦੋਂ ਪਤਾ ਲੱਗਾ ਤਾਂ ਮੈਨੂੰ ਕਾਫੀ ਐਕਸਾਈਟਮੈਂਟ ਵੀ ਹੋਈ ਕਿ ਹੁਣ ਸਕੂਲ ਲੱਗਣ ਜਾ ਰਿਹਾ, ਅਤੇ ਫਿਰ ਆਪਾਂ ਉੱਦਾਂ ਹੀ ਟੀਚਰ ਦੀ ਨਿਗਰਾਨੀ 'ਤੇ ਪੜ੍ਹਾਂਗੇ, ਟੀਚਰਸ ਨਾਲ ਆਈ ਕੰਟੈਕਟ ਹੋਏਗਾ ਕਿ ਜੋ ਵੀ ਡਾਊਟਸ ਹੈ ਉਹ ਕਲੀਅਰਫੁਲੀ ਕਲੀਅਰ ਹੋਣਗੇ। ਟੀਚਰਸ ਨੂੰ ਮਿਸ ਵੀ ਕਰ ਰਹੇ ਸੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਲੌਕਡਾਊਨ ਸੀਗਾ? ਹਾਂਜੀ ਹਾਂਜੀ, ਟੀਚਰਸ ਨੂੰ ਵੀ ਮਿਸ ਕਰਦੇ ਪਏ ਸੀ, ਕਿਉਂਕਿ ਜੋ ਇੱਕ ਟੀਚਰ ਨਾਲ ਮਿਲ ਕੇ ਜੋ ਪ੍ਰੋਬਲਮਸ ਕਲੀਅਰ ਹੁੰਦੀਆਂ ਉਹ ਸ਼ਾਇਦ ਮੋਬਾਈਲ ਦੇ ਨਾਲ ਨਹੀਂ ਸੀ ਹੁੰਦੀਆਂ, ਸੋ ਮੈਂ ਕਾਫੀ ਮਿਸ ਕਰਦੀ ਸੀ ਆਪਣੀ ਟੀਚਰਸ ਨੂੰ। ਉੱਥੇ ਹੀ ਮਾਪਿਆਂ ਦਾ ਵੀ ਕਹਿਣਾ ਹੈ ਕਿ ਬੱਚੇ ਕਾਫੀ ਸਮੇਂ ਤੋਂ ਘਰ ਬੈਠੇ ਹੋਏ ਸਨ, ਬੱਚਿਆਂ ਦਾ ਮਨ ਨਹੀਂ ਲੱਗ ਰਿਹਾ ਸੀ। ਜਦੋਂ ਸਕੂਲ ਖੁੱਲ੍ਹਣ ਦੀ ਖਬਰ ਬੱਚਿਆਂ ਨੂੰ ਮਿਲੀ ਤਾਂ ਉਸ ਤੋਂ ਬਾਅਦ ਬੱਚੇ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਮੈਨੂੰ ਇਹੀ ਕਹਿ ਕਿ ਉਹਨਾਂ ਨੇ ਆਪਣਾ ਖਾਣਾ ਔਰ ਪੀਣ ਵਾਲਾ ਪਾਣੀ ਆਪਣੇ ਘਰਾਂ ਤੋਂ ਲੈ ਕੇ ਆਉਣਾ, ਪਰ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨਾ। ਪੂਰੀ ਪ੍ਰੀਕੋਸ਼ਨ ਲੈ ਕੇ ਆਪਣੇ ਆਪ ਨੂੰ ਵੀ ਸੇਫ ਰੱਖਣਾ ਹੈ ਅਤੇ ਆਪਣੇ ਪਰਿਵਾਰਾਂ ਦੀ ਸੇਫਟੀ ਦਾ ਧਿਆਨ। ਸਰ, ਕੀ ਨਾਮ ਆਪਣਾ ਜੀ? ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ। ਸੁਖਵਿੰਦਰ ਸਿੰਘ ਜੀ, ਬੱਚਿਆਂ ਨੂੰ ਸਕੂਲ ਛੱਡਣ ਆਏ ਹੋ, ਕਿਹੋ ਜਿਹਾ ਲੱਗ ਰਿਹਾ? ਡਰ ਵੀ ਹੈ ਦਿਲ 'ਚ ਥੋੜ੍ਹਾ? ਡਰ ਤਾਂ ਹੁੰਦਾ ਸਰ, ਡਰ ਤਾਂ ਹੁਣ ਸੁਣੋ ਸਾਰੀ ਦੁਨੀਆ ਦੇ ਨਾਲ, ਕਰੋਨਾ ਤੁਹਾਨੂੰ ਪਤਾ ਕਿ ਚੀਜ਼ ਮਹਾਂਮਾਰੀ ਇੱਕ ਐਸੀ ਬਿਮਾਰੀ ਆ ਜਿਹਦਾ ਹਜੇ ਤੱਕ ਕੋਈ ਹੱਲ ਨਹੀਂ ਲੱਭ ਸਕਿਆ। ਹਾਂਜੀ, ਕੋਈ ਦਵਾ ਨਹੀਂ ਉਹਦੀ ਬਣ ਸਕੀ, ਕੋਈ ਕੁਛ ਨਹੀਂ ਸਰ। ਬੱਚੇ ਖੁਸ਼ ਨੇ? ਬੱਚੇ ਖੁਸ਼ ਆ ਜੀ, ਬੱਚੇ ਤਾਂ ਬਹੁਤ ਖੁਸ਼। ਬੱਚੇ ਤਾਂ ਕਹਿੰਦੇ ਬਹੁਤ ਵਧੀਆ ਹੋਇਆ ਕਿ ਸਕੂਲੇ ਹੀ ਆਏ, ਸਕੂਲ ਖੁੱਲ੍ਹੇ ਆ। ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਵੀ ਧਿਆਨ ਰੱਖਣਾ ਪਵੇਗਾ ਕਿ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ, ਬੱਚੇ ਆਪਸ ਵਿੱਚ ਜ਼ਿਆਦਾ ਨਾ ਘੁਲਣ ਮਿਲਣ, ਇਸ ਤੋਂ ਸੰਕਰਮਣ ਦਾ ਖਤਰਾ ਵੱਧ ਸਕਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਅਸੀਂ ਅੱਜ 7 ਮਹੀਨੇ ਬਾਅਦ ਬੱਚਿਆਂ ਨੂੰ ਸਕੂਲ ਬੁਲਾਇਆ ਹੈ, ਤੋ ਬੱਚਿਆਂ ਦੀ ਸੇਫਟੀ ਨੂੰ ਦੇਖਦੇ ਹੋਏ ਸਭ ਤੋਂ ਪਹਿਲੇ ਨੰਬਰ 'ਤੇ ਅਸੀਂ ਸੈਕਸ਼ਨਸ ਨੂੰ 2 ਪਾਰਟਸ ਸਪਲਿਟ ਕੀਤਾ ਕਿ ਐਟ ਅ ਟਾਈਮ ਕਿਸੇ ਵੀ ਕਲਾਸਰੂਮ 'ਚ 20 ਤੋਂ ਜ਼ਿਆਦਾ ਬੱਚੇ ਨਾ ਬੈਠਣ। ਬੱਚਿਆਂ ਦਾ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਵਾਸਤੇ ਬੈਂਚਿਸ ਜਿਹੜੇ ਨੇ ਉਹਨਾਂ 'ਚ 2 ਗਜ਼ ਦੀ ਦੂਰੀ ਰੱਖ ਕੇ ਉਹਨਾਂ ਨੂੰ ਮਾਰਕ ਕੀਤਾ ਗਿਆ ਕਿ ਜਿੱਥੇ ਬੱਚਿਆਂ ਨੇ ਬੈਠਣਾ। ਫਿਰ ਤੁਸੀਂ ਗੇਟ 'ਤੇ ਦੇਖ ਰਹੇ ਹੋ, ਬੱਚਿਆਂ ਦੀ ਐਂਟਰੀ 'ਤੇ ਥਰਮੋ ਸਕੈਨਰ ਦੇ ਨਾਲ ਉਹਨਾਂ ਦਾ ਟੈਂਪਰੇਚਰ ਚੈੱਕ ਕਰਕੇ ਅਤੇ ਤਾਂ ਹੀ ਬੱਚਿਆਂ ਨੂੰ ਅੰਦਰ ਐਂਟਰ ਹੋਣ ਦਿੱਤਾ ਜਾ ਰਿਹਾ। ਉਸ ਤੋਂ ਬਾਅਦ ਬੱਚੇ ਆਪਣਾ ਹੱਥ ਸੈਨੇਟਾਈਜ਼ ਕਰਦੇ ਨੇ, ਜਿਹੜਾ ਵੀ ਕੋਈ ਵਿਅਕਤੀ ਸਕੂਲ 'ਚ ਐਂਟਰ ਹੋਏਗਾ ਉਹ ਆਪਣੇ ਹੱਥ ਸੈਨੇਟਾਈਜ਼ ਕਰਕੇ ਹੀ ਅੰਦਰ ਆਏਗਾ। ਟੀਚਰਸ ਨੂੰ ਵੀ ਹਦਾਇਤ ਇਹੀ ਕੀਤੀ ਗਈ ਹੈ ਕਿ ਕੋਈ ਗੇਮ ਕੋਈ ਹੋਰ ਐਕਟੀਵਿਟੀ ਨਾ ਕਰਵਾਈ ਜਾਵੇ ਤਾਂ ਜੋ ਬੱਚੇ ਆਪਸ ਦੇ ਵਿੱਚ ਮਿਕਸ ਅਪ ਨਾ। You are watching Channel Y, Channel Y, a South Asian Canadian channel.